ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਟੈਪਿੰਗ ਸਟੋਨ ਪੰਜਾਬੀ ਰੀਡਰ 5 ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੈਂ ਅਰਸ਼ਿੰਦਰ ਪਾਲਕੌਰ ਅੱਜ ਤੁਹਾਡੇ ਲਈ ਰੀਡਰ 5 ਦਾ 8ਵਾਂ ਲੈਸਨ ਲੈ ਕੇ ਹਾਜ਼ਰ ਹੋਈ ਹਾਂ ਚਲੋ ਅਸੀਂ ਅੱਜ ਨਵਾਂ ਪਾਠ ਸਿੱਖਦੇ ਹਾਂ ਚਲੋ ਚੱਲੀਏ ਬੱਚੋ ਸਾਡਾ ਪਿਛਲਾ ਪਾਰਟ ਜਿਹੜਾ ਸੀ ਉਹ ਛੋਟਾ ਜਿਹਾ ਸੀ ਤੇ ਅਸੀਂ ਖੂਬ ਹੱਸੇ ਸੀ ਚੁਟਕਲੇ ਸੁਣ ਕੇ ਠੀਕ ਤੇ ਅੱਜ ਦਾ ਪਾਰਟ ਬੜਾ ਸੁਆਦੀ ਜਿਹਾ ਪਾਠ ਆ ਬੜਾ ਸਵਾਦ ਵਾਲਾ ਏ ਕੁਝ ਖਾਸ ਪੰਜਾਬੀ ਖਾਣੇ ਰਾਈਟ ਕੁਝ ਸਪੈਸ਼ਲ ਫੂਡ ਬਾਰੇ ਆਪਾਂ ਗੱਲ ਕਰਨ ਲੱਗੇ ਆ ਤੁਹਾਨੂੰ ਸਾਰਿਆਂ ਨੂੰ ਇਹਨੇ ਪਿਆਰੇ ਪਿਆਰੇ ਇੰਨੇ ਸਵਾਦ ਸਵਾਦ ਖਾਣੇ ਦੇਖ ਕੇ ਭੁੱਖ ਲੱਗ ਜਾਨੀ ਆ ਆਮ ਸ਼ੋਰ ਤੁਸੀਂ ਹੰਗਰੀ ਫੀਲ ਕਰੋਗੇ ਕੇ ਸੋ ਹੁਣ ਅਸੀਂ ਸਭ ਤੋਂ ਪਹਿਲਾਂ ਇਸ ਪਾਠ ਦੇ ਵਿੱਚ ਅਸੀਂ ਪਹਿਲਾਂ ਜਿਹੜੇ ਡਿਫਿਕਲਟ ਵਰਡਸ ਹੋਣਗੇ ਜਿਨ੍ਹਾਂ ਨੂੰ ਤੁਸੀਂ ਪਹਿਲਾਂ ਸ਼ਾਇਦ ਕਦੀ ਸੁਣਿਆ ਹੋਵੇ ਸ਼ਾਇਦ ਨਾ ਵੀ ਸੁਣਿਆ ਹੋਵੇ ਕੁਝ ਇੱਕ ਜ਼ਰੂਰ ਸੁਨੇ ਹੋਣਗੇ ਤੇ ਉਹਨਾਂ ਬਾਰੇ ਆਪਾਂ ਪਹਿਲਾਂ ਗੱਲ ਕਰਦੇ ਆ ਜਿਹੜੇ ਹੈਗਾ ਕਮਾਲ ਦੇ मीनिंग ਅਮੇজিং ਅਮੇজিং ਹਨ ਰਾਈਟ ਅਸੀਂ ਗੱਲ ਕਰਾਂਗੇ ਮੂੰਹ ਵਿੱਚ ਪਾਣੀ ਆਉਣਾ ਮਾਊਥ ਵਾਟਰਿੰਗ ਖੁਸ਼ਬੂ ਗੁੱਡ ਸਮਲ ਪੁਖ ਹੋਰ ਵੀ ਵੱਧ ਜਾਂਦੀ ਹੰਗਰ ਇਨਕਰੀਸ ਕਦੇ ਖਾਦੇ ਹਨ ਹੈਵ ਯੂ ਈਟਨ ਸੋ ਅਗੇ ਆਪਣਾ ਹੀ ਇਟਸ ਓਨ ਨਾਲ ਵਿਦ অর ਅਲੋਂਗ ਪਕੋੜੇ ਫ੍ਰਿਟਰਸ ਬਾਸਮਤੀ ਬਾਸਮਤੀ ਆ ਟਾਈਪ ਆਫ ਚੌਲ ਰਾਈਟ ਸੋ ਕੀ ਕਹੇ ਵਾਓ ਰਾਈਟ ਸਰੋ ਮਸਟਰਡ ਪਾਲਕ ਸਪਿਨਚ ਰਿਨਕੇ ਆਫਟਰ ਕੁਕਿੰਗ ਕੋਟਕੇ ਆਫਟਰ ਗ੍ਰਾਈਂਡਿੰਗ ਖਾ ਕੇ ਦੇਖ ਜਸਟ ਟ੍ਰਾਈ ਟੇਸਟ ਇਟ ਹੈਨਾ ਸੋ ਆ ਸੀ ਹੋਣ ਪੜਦੇ ਆ ਨਾ ਖਾਣਿਆਂ ਬਾਰੇ ਕਿ ਖਾਣੇ ਕਿਸ ਤਰ੍ਹਾਂ ਬਣਦੇ ਆ ਤੇ ਮੈਨੂੰ ਪੱਕਾ ਪਤਾ ਹੈ ਕਿ ਤੁਹਾਡਾ ਦਿਲ ਕਰਿਆ ਆ ਖਾਣੇ ਖਾਣ ਵਾਸਤੇ ਜੀ ਖਾਣੇ ਤਾਂ ਸਾਰੇ ਹੀ ਸਵਾਦ ਹੁੰਦੇ ਹਨ ਪਰ ਪੰਜਾਬ ਦੇ ਕਈ ਖਾਣੇ ਕਮਾਲ ਦੇ ਹਨ ਕਮਾਲ ਦੇ ਹਨ ਮੀਨਿੰਗ ਅਮੇਜ਼ਿੰਗ ਉਹਨਾਂ ਦਾ ਨਾਂ ਸੁਣਦੇ ਹੀ ਮੂੰਹ ਵਿੱਚ ਪਾਣੀ ਆ ਜਾਂਦਾ ਹੈ ਵੀ ਫੀਲ ਲਾਈਕ ਈਟਿੰਗ ਥੈਮ ਰਾਈਟ ਸੋ ਉਹਨਾਂ ਦੀ ਖੁਸ਼ਬੂ ਨਾਲ ਭੁੱਖ ਹੋਰ ਵੀ ਵੱਧ ਜਾਂਦੀ ਹੈ ਅਤੇ ਉਹਨਾਂ ਨੂੰ ਦੇਖ ਕੇ ਚਿਹਰੇ ਤੇ ਮੁਸਕਰਾਟ ਆ ਜਾਂਦੀ ਹੈ ਤੁਸੀਂ ਇਮੇਜਿਨ ਕਰੋ ਜਦੋਂ ਤੁਹਾਨੂੰ ਭੁੱਖ ਲੱਗੀ ਹੋਵੇ ਤੇ ਤੁਹਾਡੇ ਮੰਮੀ ਜਾਂ ਘਰ ਦੇ ਵਿੱਚ ਕੋਈ ਜਨਾ ਦਾਦੀ ਜੀ ਨਾਨੀ ਜੀ ਜਾਂ ਭੈਣ ਜੀ ਕੋਈ ਵੀ ਤੁਹਾਡੇ ਲਈ ਬੜਾ ਸਵਾਦਯਾ ਖਾਣਾ ਬਣਾ ਕੇ ਲੈ ਆਉਣ ਤੇ ਤੁਹਾਡੇ ਮੂੰਹ ਚ ਪਾਣੀ ਆ ਜਾਂਦਾ ਤੇ ਤੁਹਾਡਾ ਦਿਲ ਕਰਦਾ ਕਿ ਮੈਂ ਜਲਦੀ ਜਲਦੀ ਖਾਣਾ ਖਾ ਲਵਾਂ ਠੀਕ ਹੈ ਸੋ ਇਹ ਇਸ ਤਰ੍ਹਾਂ ਦੇ ਖਾਣੇ ਨੇ ਆ ਤੁਸੀਂ ਦੇਖੋ ਰਾਜਮਾ ਚੌਲ ਰਾਜਮਾ ਦੀ ਤਰੀ ਚਿੱਟੇ ਲੰਮੇ ਚੌਲਾਂ ਵਿੱਚ ਪਾ ਕੇ ਖਾਣ ਦਾ ਆਪਣਾ ਹੀ ਸਵਾਦ ਹੈ ਨਾਲ ਜੇ ਦਹੀਂ ਜਾਂ ਰਹਿਤਾ ਹੋਵੇ ਤਾਂ ਹੋਰ ਵੀ ਵਧੀਆ ਤੇ ਸਭ ਤੋਂ ਸਵਾਦ ਲੱਗਦਾ ਹੈ ਨਾਲ ਆਂਬ ਦਾ ਅਚਾਰ ਕਦੀ ਤੁਸੀਂ ਰਾਜਮਾ ਚੋਲ ਖਾਦੇ ਹਨ ਜੇ ਨਹੀਂ ਖਾਦੇ ਤਾਂ ਜ਼ਰੂਰ ਖਾਣਾ ਠੀਕ ਕੜੀ ਚੋਲ ਖੱਟੀ-ਖੱਟੀ ਦਹੀਂ ਦੀ ਕੜੀ ਬਣੀ ਹੋਵੇ ਵਿੱਚ ਪਕੌੜੇ ਪਾਏ ਹੋਣ ਉੱਤੇ ਹਰਾ ਧਨੀਆ ਬਾਸਮਤੀ ਚੋਲ ਉਬਾਲੇ ਹੋਣ ਚੋਲਾ ਦੇ ਉੱਤੇ ਪਾ ਕੇ ਖਾਓ ਵਾਹ ਕੀ ਕਹਿਣੇ ਤੁਸੀਂ ਬਹੁਤ ਇੰਜੋਏ ਕਰੋਗੇ ਆਨੰਦ ਮਾਣੋਗੇ ਖਾਦੇ ਦਾ ਮੱਕੀ ਦੀ ਰੋਟੀ ਸਾਗ ਇੱਕ ਹੋਰ ਪੰਜਾਬੀ ਖਾਣਾ ਜਿਹੜਾ ਕਿ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ ਕਿ ਮੱਕੀ ਦੀ ਰੋਟੀ ਸਾਗ ਦਸਣਦੇ ਹੀ ਸਭ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਪੰਜਾਬੀਆਂ ਦੀ ਸਪੈਸ਼ਲ ਡਿਸ਼ ਹੈਗੀ ਆ ਠੀਕ ਸਾਗ ਬਣਾਉਣ ਦਾ ਕੰਮ ਤਾਂ ਬਹੁਤ ਹੁੰਦਾ ਪਰ ਇਸ ਵਰਗਾ ਖਾਣਾ ਸ਼ਾਇਦ ਹੋਰ ਕੋਈ ਨਹੀਂ ਸਰੋਂ ਦੇ ਪੱਤੇ ਪਾਲਕ ਦੇ ਪੱਤਿਆਂ ਨਾਲ ਰਲਨ ਕੇ ਉਹਨਾਂ ਨੂੰ ਘੋਟ ਕੇ ਘੋਟਣਾ ਕਿਸਰਾ ਹੈ ਗ੍ਰाइंड ਕਰਨਾ ਕਰੀਮ ਵਰਗਾ ਬਣਾ ਕੇ ਤੜਕਾ ਲਾ ਕੇ ਉੱਤੇ ਮੱਖਣ ਪਾ ਕੇ ਮੱਕੀ ਦੀ ਰੋਟੀ ਨਾਲ ਖਾ ਕੇ ਦੇਖਣਾ ਪੂੜੀ ਛੋਲੇ ਜਾਂ ਪੂੜੀ ਆਲੂ ਪੂੜੀਆਂ ਬਰੀਕ ਬਰੀਕ ਹੁੰਦੀਆਂ ਹਨ ਮਤਲਬ ਪਤਲੀਆਂ ਪਤਲੀਆਂ ਹੁੰਦੀਆਂ ਹਨ ਸਾਈਜ਼ ਵਿੱਚ ਵੀ ਛੋਟੀਆਂ ਹੁੰਦੀਆਂ ਨੇ ਤੇ ਪਤਲੀਆਂ ਹੁੰਦੀਆਂ ਫੁੱਲ ਕੇ ਪਤਲੀਆਂ ਹੋ ਜਾਂਦੀਆਂ ਅਤੇ ਤੇਲ ਵਿੱਚ ਤਲੀਆਂ ਹੁੰਦੀਆਂ ਹਨ ਹੈਨਾ ਪੂੜੀਆਂ ਨੂੰ ਆਲੂ ਦੀ ਸਬਜ਼ੀ ਜਾਂ ਛੋਲਿਆਂ ਦੀ ਸਬਜ਼ੀ ਨਾਲ ਖਾਧਾ ਜਾਂਦਾ ਹੈ ਤੁਸੀਂ ਜਰੂਰ ਖਾਧੀਆਂ ਹੋਣਗੀਆਂ ਜੇ ਨਹੀਂ ਖਾਧੀਆਂ ਤੇ ਇਹ ਤੁਹਾਡਾ ਕੰਮ ਐ ਹੋਮਵਰਕ ਦਾ ਇੱਕ ਕੰਮ ਇਹ ਤੁਹਾਡਾ ਹੈਗਾ ਕਿ ਤੁਸੀਂ ਕਹਿਣਾ ਕਿ ਸਾਨੂੰ ਬਣਾ ਕੇ ਖੁਲਾਓ ਬਣਾ ਕੇ ਸਾਨੂੰ ਛੋਲੇ ਭਟੂਰੇ ਜਾਂ ਪੂਰੀਆਂ ਖਵਾਓ ਭਟੂਰੇ ਪਠੂਰੇ ਛੋਲੇ ਭਟੂਰੇ ਵੀ ਪੂੜੀਆਂ ਵਾਂਗ ਤੇਲ ਵਿੱਚ ਤਲੇ ਜਾਂਦੇ ਹਨ ਮੈਂ ਪਹਿਲਾਂ ਕਿਹਾ ਸੀ ਭਟੂਰੇ ਛੋਲੇ ਸੋ ਕੁਝ ਲੋਕੀ ਭਟੂਰੇ ਛੋਲੇ ਵੀ ਕਹਿੰਦੇ ਨੇ ਪੂਰੀ ਛੋਲੇ ਵੀ ਕਹਿੰਦੇ ਆ ਸੋ ਪੂੜੀਆਂ ਭਟੂਰੇ ਪਠੂਰੇ ਇਹਨਾਂ ਦੇ ਦੋ ਦੋ ਨਾਂ ਵੀ ਹੋ ਸਕਦੇ ਨੇ ਪਰ ਪਠੂਰੇ ਮੋਟੇ ਹੁੰਦੇ ਹਨ ਪਠੂਰੇ ਦਾ ਆਟਾ ਪੀਜ਼ੇ ਵਰਗਾ ਆਟਾ ਹੁੰਦਾ ਹੈ ਪਠੂਰੇ ਆਲੂ ਜਾਂ ਛੋਲਿਆਂ ਦੀ ਸਬਜ਼ੀ ਨਾਲ ਖਾਦੇ ਜਾਂਦੇ ਹਨ ਠੀਕ ਸੋ ਮਟਰ ਪਨੀਰ ਜਾਂ ਸ਼ਾਹੀ ਪਨੀਰ ਪਨੀਰ ਬਹੁਤ ਬੱਚਿਆਂ ਦਾ ਫੇਵਰਿਟ ਹੁੰਦਾ ਹੈ ਸੋ ਕਿਸੇ ਵੀ ਤਰ੍ਹਾਂ ਦਾ ਪਨੀਰ ਬਣਿਆ ਹੋਵੇ ਤੇ ਬੱਚੇ ਪਸੰਦ ਕਰਦੇ ਨੇ ਕਈ ਲੋਕ ਸ਼ਾਹੀ ਪਨੀਰ ਪਸੰਦ ਕਰਦੇ ਹਨ ਤੇ ਕਈ ਮਟਰ ਪਨੀਰ ਸ਼ਾਇ ਪਨੀਰ ਵਿੱਚ ਕਰੀਮ ਦੀ ਤਰੀ ਬਣਦੀ ਹੈ ਅਤੇ ਮਟਰ ਪਨੀਰ ਵਿੱਚ ਆਮ ਮਸਾਲੇ ਦੀ ਤਰੀ ਬਣਦੀ ਹੈ ਦੋਵੇਂ ਸਬਜ਼ੀਆਂ ਰੋਟੀ ਨਾਲ ਸਵਾਦ ਲੱਗਦੀਆਂ ਹਨ ਸੋ ਬੜੇ ਸਵਾਦ ਸਵਾਦ ਖਾਣਿਆਂ ਦੀ ਆਪਾਂ ਗੱਲ ਕੀਤੀ ਹੈ ਤੇ ਮੈਨੂੰ ਤਾਂ ਭੁੱਖ ਲੱਗ ਗਈ ਹੈ ਹੁਣ ਤੁਹਾਨੂੰ ਵੀ ਲੱਗੀ ਹੋਣੀ ਹੈ ਜ਼ਰੂਰ ਹੈ ਜੀ ਸੋ ਪਰ ਅਸੀਂ ਥੋੜਾ ਜਿਹਾ ਪਹਿਲਾਂ ਹੋਮਵਰਕ ਕਰ ਲਈਏ ਸੋਮਵਾਰ ਕਰਦਾ ਕੰਮ ਠੀਕ ਸੋਮਵਾਰ ਤੁਹਾਡੇ ਕਰਦਾ ਕੀ ਕੰਮ ਹੈਗਾ ਇਨਾ ਪ੍ਰਸ਼ਨਾਂ ਦੇ ਉੱਤਰ ਲਿਖਨੇ ਨੇ ਉੱਤਰਾਂ ਵਿੱਚ ਪ੍ਰਸ਼ਨਾਂ ਵਿੱਚ ਲਿਖੇ ਸ਼ਬਦ ਵਰਤੋ ਠੀਕ ਰਾਜਮਾ ਦੇ ਨਾਲ ਕੀ ਕੀ ਸਵਾਦ ਲੱਗਦਾ ਹੈ ਠੀਕ ਹੈ ਤੁਸੀਂ ਇੱਥੇ ਪੜ੍ਹ ਕੇ ਰਾਜਮਾ ਬਾਰੇ ਤੇ ਤੁਸੀਂ ਫਿਰ ਲਿਖੋਗੇ ਰਾਜਮਾ ਦੇ ਨਾਲ ਤੁਸੀਂ ਆਮ ਤੌਰ ਤੇ ਕੀ ਖਾਂਦੇ ਹੋ ਜਾਂ ਤੁਹਾਨੂੰ ਕੀ ਸਵਾਦ ਲੱਗਦਾ ਹੋ ਸਕਦਾ ਤੁਹਾਨੂੰ ਕੁਝ ਹੋਰ ਸਵਾਦ ਲੱਗਦਾ ਹੋਵੇ ਠੀਕ ਹੈ ਚੋਲਾਂ ਦੀ ਥਾਂ ਦੇ ਰਾਈਟ ਆਮ ਗਿਵਿੰਗ ਯੂ ਕਲੂ ਕੜੀ ਕਿਸ ਚੀਜ਼ ਦੀ ਬਣਦੀ ਹੈ ਅਪੈਥੇ ਪੜਿਆ ਸੀ ਖੱਟੀ-ਖੱਟੀ ਦਹੀਂ ਦੀ ਕੜੀ ਬਣੀ ਹੋਵੇ ਹੈਨਾ ਸੌਖੜੀ ਕੜੀ ਕਿਸ ਚੀਜ਼ ਦੀ ਬਣਦੀ ਹੈ ਤੁਸੀਂ ਲਿਖੋਗੇ ਇੱਥੋਂ ਪੜ੍ਹ ਕੇ ਕਿਹੜੇ ਦੋ ਖਾਣੇ ਤੇਲ ਵਿੱਚ ਤਲੇ ਹੁੰਦੇ ਹਨ ਅਸੀਂ ਦੋ ਖਾਣਿਆਂ ਦੀ ਗੱਲ ਕੀਤੀ ਸੀ ਜਿਹੜੇ ਕਿ ਤੇਲ ਵਿੱਚ ਤਲ ਕੇ ਬਣਦੇ ਨੇ ਜਦੋਂ ਤੁਹਾਡੇ ਮਾਤਾ ਜੀ ਜਾਂ ਘਰ ਵਿੱਚ ਕੋਈ ਰੋਟੀ ਬਣਾਉਂਦਾ ਤੇ ਉਹ ਰੋਟੀ ਨੂੰ ਤੇਲ ਵਿੱਚ ਨਹੀਂ ਤਲਦੇ ਪਰ ਜਦੋਂ ਕੁਝ ਹੋਰ ਬਣਾਉਂਦੇ ਨੇ ਪੂੜੀਆਂ ਜਾਂ ਪਟੋਰੇ ਪਠੂਰੇ ਉਹਨਾਂ ਨੂੰ ਉਹ ਤੇਲ ਵਿੱਚ ਤਲਦੇ ਨੇ ਠੀਕ ਹੈ ਪਨੀਰ ਦੀ ਸਬਜੀ ਕਿਹੜੇ ਦੋ ਤਰੀਕਿਆਂ ਨਾਲ ਬਣਾਈ ਜਾ ਸਕਦੀ ਹੈ ਉਹ ਤੁਸੀਂ ਇੱਥੇ ਪੜਿਆ ਸੀ ਮਟਰ ਪਨੀਰ ਜਾਂ ਸ਼ਾਈ ਪਨੀਰ ਤੇ ਇੱਕ ਤਰੀ डिफरेंट ਹੁੰਦੀ ਆ ਦੂਸਰੀ ਨਾਲੋਂ ਠੀਕ ਹੈ ਤਾਂ ਤੁਸੀਂ ਉਹ ਪੜ੍ਹ ਕੇ ਲਿਖੋਗੇ ਠੀਕ ਮੈਂ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਨਹੀਂ ਦੱਸਣੇ ਸਾਗ ਕਿਸ ਤਰ੍ਹਾਂ ਬਣਾਇਆ ਜਾਂਦਾ ਹੈ ਸਾਗ ਦਾ ਇੱਕ ਪ੍ਰੋਸੈਸ ਹੈ ਪੂਰਾ ਦੇਖੋ ਹਨਾ ਅਸੀਂ ਇੱਕ ਗੱਲ ਕੀਤੀ ਸੀ ਕਿ ਸਾਗ ਬਣਾਉਣਾ ਸੌਖਾ ਕੰਮ ਨਹੀਂ ਹੈ ਕਾਫੀ ਕੰਮ ਹੁੰਦਾ ਹੈ ਤੇ ਪਰ ਇਹ ਜਦੋਂ ਬਣ ਜਾਂਦਾ ਤੇ ਕਿਸ ਤਰ੍ਹਾਂ ਸਭ ਨੂੰ ਬਹੁਤ ਸਵਾਦ ਲੱਗਦਾ ਤੇ ਇਹ ਪੰਜਾਬੀਆਂ ਦਾ ਸਪੈਸ਼ਲ ਖਾਣਾ ਹੈ ਠੀਕ ਹੈ ਸੋ ਤੁਸੀਂ ਇੱਥੋਂ ਪੜ੍ਹ ਕੇ ਫਿਰ ਲਿਖੋਗੇ ਸਾਗ ਨਾਲ ਕੀ ਖਾਧਾ ਜਾਂਦਾ ਹੈ ਆਮ ਤੌਰ ਤੇ ਸਾਗ ਨਾਲ ਇੱਕ ਸਪੈਸ਼ਲ ਤਰ੍ਹਾਂ ਦੀ ਰੋਟੀ ਖਾਧੀ ਜਾਂਦੀ ਹੈ ਮੱਕੀ ਦੀ ਰੋਟੀ ਪਰ ਤੁਸੀਂ ਕਿਹੜੇ ਕਿੰਨੀ ਰੋਟੀ ਨਾਲ ਵੀ ਖਾ ਸਕਦੇ ਹੋ ਤੁਸੀਂ ਨਾਲ ਨਾਲ ਵੀ ਖਾ ਸਕਦੇ ਹੋ ਜਿਸ ਤਰ੍ਹਾਂ ਵੀ ਤੁਸੀਂ ਖਾਣਾ ਚਾਹੁੰਦੇ ਹੋ ਤੁਸੀਂ ਉਸ ਤਰ੍ਹਾਂ ਖਾ ਸਕਦੇ ਹੋ ਠੀਕ ਪੂੜੀਆਂ ਦੇ ਨਾਲ ਕਿਹੜੀਆਂ ਦੋ ਸਬਜ਼ੀਆਂ ਖਾਧੀਆਂ ਜਾਂਦੀਆਂ ਹਨ ਅਸੀਂ ਗੱਲ ਕੀਤੀ ਸੀ ਪੂੜੀਆਂ ਦੇ ਨਾਲ ਆਮ ਤੌਰ ਤੇ ਤਾਂ ਛੋਲੇ ਪੂੜੀਆਂ ਤੇ ਇੱਕ ਹੋਰ ਸਬਜ਼ੀ ਤੁਸੀਂ ਉਤੋ ਪੜ੍ਹ ਕੇ ਲਿਖਣਾ ਠੀਕ ਤੁਹਾਡੇ ਮੂੰਹ ਵਿੱਚ ਕਿਹੜੇ ਖਾਣੇ ਦਾ ਨਾਂ ਸੁਣਦੇ ਹੀ ਪਾਣੀ ਆ ਜਾਂਦਾ ਹੈ ਪੰਜਾਬੀ ਖਾਣਿਆਂ ਵਿੱਚੋਂ ਤੁਸੀਂ ਲਿਖੋਗੇ ਕਿਹੜਾ ਖਾਣਾ ਤੁਹਾਡਾ ਫੇਵਰਿਟ ਹੈ ਜਿਹੜਾ ਤੁਹਾਨੂੰ ਸਭ ਤੋਂ ਵੱਧ ਪਸੰਦ ਹੈ ਤੇ ਜਿਹੜਾ ਨਾਂ ਸੁਣ ਕੇ ਤੁਹਾਡੇ ਮੂੰਹ ਵਿੱਚ ਪਾਣੀ ਆ ਜਾਂਦਾ ਤੁਹਾਡਾ ਦਿਲ ਕਰਦਾ ਹੈ ਕਿ ਮੈਂ ਫੁਣੇ ਜਲਦੀ ਜਲਦੀ ਇਹ ਖਾਣਾ ਖਾ ਲਵਾਂ ਠੀਕ ਸੋ ਇਨ ਇਹ ਸ਼ਬਦ ਵਾਕਾਂ ਵਿੱਚ ਵਰਤਨੇ ਨੇ ਤੁਸੀਂ ਇਹ ਜਿਹੜੇ ਸ਼ਬਦ ਅੱਗੇ ਦਿੱਤੇ ਨੇ ਖਾ ਕੇ ਦੇਖ ਖਾ ਕੇ ਦੇਖਦਾ ਕੀ ਮਤਲਬ ਇਹ ਤੁਸੀਂ ਟੈਸਟ ਕਰੋ ਖਾ ਕੇ ਦੇਖ ਜਿਹੜਾ ਖਾਣਾ ਬਣਿਆ ਉਹਨਾਂ ਨੂੰ ਤੁਸੀਂ ਟਰਾਈ ਕਰੋ ਭੁੱਖ ਹੋਰ ਵੀ ਵੱਧ ਜਾਂਦੀ ਹੈ ਮਤਲਬ ਤੁਹਾਨੂੰ ਭੁੱਖ ਲੱਗੀ ਹੋਵੇ ਤੇ ਭੁੱਖ ਹੋਰ ਵੀ ਵੱਧ ਜਾਂਦੀ ਹੈ ਕਾਦੇ ਨਾਲ ਤੁਸੀਂ ਉਹ ਇਹਨਾਂ ਨੂੰ ਲਿਖੋਗੇ ਠੀਕ ਹੈ ਇਹਦੇ ਬਾਰੇ ਇੱਕ ਤੁਸੀਂ ਵਾਕ ਲਿਖੋਗੇ ਸੈਂਟੈਂਸ ਲਿਖੋਗੇ ਮੰਗਲਵਾਰ ਘਰ ਦਾ ਕੰਮ ਤੁਸੀਂ ਦੇਖੋ ਲਿਖੇ ਸ਼ਬਦਾਂ ਨੂੰ ਉਹਨਾਂ ਦੇ ਮਤਲਬ ਨਾਲ ਜੋੜੋ ਤੁਹਾਡੇ ਕੋਲੇ ਇੱਧਰ ਸ਼ਬਦ ਨੇ ਇੱਧਰ ਸਕ੍ਰੈਂਬਲਡ ਨੇ ਇਹ ਸ਼ਬਦ ਠੀਕ ਹੈ ਸੋ ਤੁਸੀਂ ਲੱਭ ਲੱਭ ਕੇ ਉਹਨਾਂ ਸ਼ਬਦਾਂ ਦੇ ਨਾਲ ਜੋੜੋਗੇ ਠੀਕ ਜਿਸ ਤਰ੍ਹਾਂ ਨੰਬਰ 3 ਦਾ ਖੁਸ਼ਬੂ ਹੈਗਾ ਤੁਸੀਂ ਇੱਧਰ ਉਹ ਲੱਭੋਗੇ ਕਿ ਖੁਸ਼ਬੂ ਕੀ ਹੁੰਦੀ ਹੈ ਗੁੱਡ ਸਮੈਲ ਰਾਈਟ ਸੋ ਤੁਸੀਂ ਇੱਧਰ ਦੇਖਿਆ ਫਿਰ ਤੁਸੀਂ ਉੱਥੇ ਜੋੜਨਾ ਸੋ ਇਹ ਸਾਰੇ ਵਰਡਸ ਤੁਸੀਂ ਕਿਉਂਕਿ ਪਿੱਛੇ ਸਿੱਖ ਕੇ ਆਏ ਹੋ ਤੇ ਮੈਂ ਤੁਹਾਨੂੰ ਇੱਥੇ ਨਹੀਂ ਦੱਸਾਂਗੀ ਤੁਸੀਂ ਆਪਣੇ ਆਪ ਇਹ ਸਾਰੇ ਕਰੋਗੇ ਠੀਕ ਸੋ ਕਮਾਲ ਦੇ ਮੂੰਹ ਵਿੱਚ ਪਾਣੀ ਆਉਣਾ ਖੁਸ਼ਬੂ ਭੁੱਖ ਹੋਰ ਵੀ ਵੱਧ ਜਾਂਦੀ ਨੰਬਰ 5 ਕਦੀ ਖਾਦੇ ਹਨ ਨੰਬਰ 6 ਖਾ ਕੇ ਦੇਖ ਜੇ ਨਹੀਂ ਖਾਦੇ ਤਾਂ ਖਾ ਕੇ ਦੇਖ ਰਾਈਟ ਆਪਣਾ ਹੀ ਫਿਰ ਅੱਗੇ ਨਾਲ ਨੰਬਰ 9 ਪਕੌੜੇ ਨੰਬਰ 10 ਬਾਸਮਤੀ ਤੇ ਨੰਬਰ 11 ਕੀ ਕਹਨੇ ਕੀ ਕਹਨੇ ਰਾਈਟ ਸੋ ਬਹੁਤ ਵਧੀਆ ਮਤਲਬ ਕੋਟ ਕੇ ਗ੍ਰाइंड ਕਰਕੇ ਇਹ ਸ਼ਬਦ ਤੁਸੀਂ ਸ਼ਾਇਦ ਘੱਟ ਸੁਨਿਆ ਹੋਵੇਗਾ ਸਰੋਂ ਰਾਈਟ ਮਸਟਰਡ ਲੀव्स ਜਿਹੜੇ ਹੁੰਦੇ ਨੇ ਪਾਲਕ ਸਪਿਨਚ ਅੱਗੇ ਤੁਹਾਡਾ ਹੈਗਾ ਬੁੱਧਵਾਰ ਕਰਦਾ ਕੰਮ ਇੱਥਾ ਲਿਖੇ ਵਾਕਾਂ ਦੇ ਹਿੱਸੇ ਪੜ੍ਹ ਕੇ ਆਪਸ ਵਿੱਚ ਜੋੜੋ ਇੱਧਰ ਤੁਹਾਡੇ ਕੋਲੇ ਇਸ ਪਾਸੇ ਸੈਂਟੈਂਸ ਪਾਰਟ 1 ਇੱਧਰਲੇ ਪਾਸੇ ਸੈਂਟੈਂਸ ਪਾਰਟ 2 ਜਿਹੜਾ ਸੈਂਟੈਂਸ ਇਹਦੇ ਨਾਲ ਜਾਂਦਾ ਹੋਏਗਾ ਇੱਧਰਲੀ ਸਾਈਡ ਨਾਲ ਪਾਰਟ 2 ਵਾਲੀ ਸਾਈਡ ਨਾਲ ਤੁਸੀਂ ਉਹਨੋਂ ਦੇ ਨਾਲ ਜੋੜੋਗੇ ਠੀਕ ਹੈ ਸੋ ਤੁਸੀਂ ਇਹਨੂੰ ਪੜ੍ਹ ਕੇ ਕਿਉਂਕਿ ਤੁਸੀਂ ਪਿੱਛੇ ਪੜ੍ਹਦੇ ਆਏ ਹੋ ਲੈਸਨ ਪ੍ਰੈਕਟਿਸ ਕੀਤੀ ਹੋਏਗੀ ਤੁਸੀਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਇਸ ਇਸ ਸੈਂਟੈਂਸ ਦੇ ਨਾਲ ਕਿਹੜਾ ਸੈਂਟੈਂਸ ਚੰਗਾ ਠੀਕ ਕਈ ਲੋਕ ਸ਼ਾਈ ਪਨੀਰ ਪਸੰਦ ਕਰਦੇ ਹਨ ਤੇ ਹੋਰ ਕਈ ਲੋਕ ਕੀ ਕਰਦੇ ਨੇ ਪਸੰਦ ਹੈ ਨਾ ਸ਼ਾਈ ਪਨੀਰ ਵਿੱਚ ਕਰੀਮ ਦੀ ਤਰੀ ਬਣਦੀ ਹੈ ਰਾਜਮਾਂ ਦੀ ਤਰੀ ਚਿੱਟੇ ਚੋਲਾ ਵਿੱਚ ਪਾ ਕੇ ਖਾਣ ਦਾ ਆਪਣਾ ਹੀ ਸਵਾਦ ਹੁੰਦਾ ਹੈ ਨਾ ਪੂੜੀਆਂ ਪਤਲੀਆਂ-ਪਤਲੀਆਂ ਹੁੰਦੀਆਂ ਹਨ ਬ੍ਰੀਕ-ਬ੍ਰੀਕ ਹੁੰਦੀਆਂ ਹਨ ਠੀਕ ਹੈ ਤੇ ਛੋਟੀਆਂ ਤੇ ਗੋਲ ਫੁੱਲੀਆਂ ਹੋਈਆਂ ਪੂਰੀਆਂ ਜਾਂ ਪੂੜੀਆਂ ਹੁੰਦੀਆਂ ਹਨ ਅੱਗੇ ਜੀ ਅੱਗੇ ਸਪੀਡ ਰੀਡਿੰਗ ਰੀਡ ਥੀਸ ਲਾਈਨਸ ਇਨ 1 ਮਿੰਟ ਹੁਣ ਪਿੱਛੇ ਅਸੀਂ ਕਰਦੇ ਆਏ ਸੀ ਕਿ ਤੁਸੀਂ ਪੜ੍ਹੋ ਤੇ ਟਾਈਮ ਦੇਖੋ ਤੁਸੀਂ ਕਿੰਨਾ ਲਿਆ ਠੀਕ ਹੈ ਇਹ 50 ਵਰਡਸ ਨੇ 50 ਸ਼ਬਦ ਹੈਗੇ ਆ ਇਹ ਤੁਸੀਂ 1 ਮਿੰਟ ਦੇ ਵਿੱਚ ਪੜ੍ਹਨਾ ਤੇ ਤੁਹਾਡੀ ਹੁਣ ਤੱਕ ਦੀ ਰਵਾਨਗੀ ਇੰਨੀ ਹੋ ਗਈ ਹੋਣੀ ਚਾਹੀਦੀ ਹੈ ਸ਼ਾਇਦ ਤੁਸੀਂ 1 ਮਿੰਟ ਤੋਂ ਵੀ ਘੱਟ ਸਮੇਂ ਵਿੱਚ ਪੜ ਲਵੋ ਠੀਕ ਸੋ ਐ ਤੁਸੀਂ ਟਾਈਮਰ ਲਗਾ ਕੇ ਇਹਨੂੰ ਪੜੋਗੇ ਪੰਜਾਬੀ ਖਾਣੇ ਖਾਣੇ ਤਾਂ ਸਾਰੇ ਹੀ ਸਵਾਦ ਹੁੰਦੇ ਹਨ ਪਰ ਪੰਜਾਬ ਦੇ ਕਈ ਖਾਣੇ ਕਮਾਲ ਦੇ ਹਨ ਉਹਨਾਂ ਦਾ ਨਾਂ ਸੁਣਦੇ ਹੀ ਮੂੰਹ ਵਿੱਚ ਪਾਣੀ ਆ ਜਾਂਦਾ ਹੈ ਉਹਨਾਂ ਦੀ ਖੁਸ਼ਬੂ ਨਾਲ ਭੁੱਖ ਹੋਰ ਵੀ ਵੱਜ ਜਾਂਦੀ ਹੈ ਅਤੇ ਉਹਨਾਂ ਨੂੰ ਦੇਖ ਕੇ ਚਿਹਰੇ ਤੇ ਮੁਸਕਰਾਟ ਆ ਜਾਂਦੀ ਹੈ ਠੀਕ ਸੋ ਤੁਸੀਂ ਇਹਨੂੰ ਟਾਈਮ ਕਰਨਾ ਹੈ ਆਪਣਾ ਦੇਫਰਟ ਤੁਸੀਂ ਆਪਣੇ ਲੌਗ ਦੇ ਵਿੱਚ ਲਿਖਣਾ ਹੈ ਤੁਸੀਂ ਕਿੰਨਾ ਟਾਈਮ ਲਿਆ ਵੀਰਵਾਰ ਕਰਦਾ ਕੰਮ ਇਹ ਤੁਸੀਂ ਜਿਹੜੇ ਇੱਥੇ ਨੰਬਰ ਨੇ ਕਾਪੀ ਗੁਰਮੁਖੀ ਨੰਬਰਸ ਐਂਡ ਪੰਜਾਬੀ ਵਰਡਸ ਇਨ ਦ ਟੇਬਲ ਬਿਲੋ ਤੁਸੀਂ ਇਹਦੇ ਵਿੱਚ ਇਹਨਾਂ ਨੂੰ ਲਿਖਣਾ ਇੱਕ ਤੁਹਾਡਾ ਕੰਮ ਪੜ੍ਹਨ ਦਾ ਹੁੰਦਾ ਹੈ ਇੱਕ ਤੁਹਾਡਾ ਕੰਮ ਲਿਖਣ ਦਾ ਹੁੰਦਾ ਉਸ ਤੋਂ ਇਲਾਵਾ ਤੁਹਾਡਾ ਕੰਮ ਯਾਦ ਕਰਨ ਦਾ ਹੁੰਦਾ ਜਦ ਤੁਸੀਂ ਲੈਸਨ ਪੜ੍ਹਦੇ ਹੋ ਸਾਰਾ ਤੇ ਤੁਹਾਡੇ ਤੁਸੀਂ ਉਹਦੇ ਵਿੱਚੋਂ ਕੀ ਸਿੱਖਿਆ ਤੁਸੀਂ ਉਹ ਸ਼ੇਅਰ ਕਰਿਆ ਕਰੋ ਕਰਦੇ ਵਿੱਚ ਆਪਣੇ ਪੇਰੈਂਟਸ ਦੇ ਨਾਲ ਜਾਂ ਆਪਣੇ ਭੈਣ ਭਰਾਵਾਂ ਨਾਲ ਉਹਨਾਂ ਨੂੰ ਦੱਸਿਆ ਕਰੋ ਕਿ ਮੈਂ ਅੱਜ ਇਸ ਲੈਸਨ ਵਿੱਚ ਇਹ ਸਿੱਖਿਆ ਹੈ ਨਾ ਤੇ ਇਹ ਵਾਲਾ ਲੈਸਨ ਤਾਂ ਹੈ ਹੀ ਬੜਾ ਮਜ਼ੇਦਾਰ ਬੜੇ ਸਵਾਦੀ ਖਾਣਿਆਂ ਵਾਲਾ ਹੈ ਸੋ ਤੁਸੀਂ ਆਪਣੇ ਮਾਤਾ ਜੀ ਨਾਲ ਜਾਂ ਘਰ ਦੇ ਵਿੱਚ ਕਿਸੇ ਨਾਲ ਵੀ ਤੁਸੀਂ ਇਹ ਲੈਸਨ ਸ਼ੇਅਰ ਕਰਨਾ ਸੋ ਅੱਜ ਇੰਨਾ ਹੀ ਤੁਸੀਂ ਪੰਜਾਬੀ ਪੜ੍ਹਦੇ ਰਹੋ ਹਰ ਰੋਜ਼ ਪੰਜਾਬੀ ਸਿੱਖਦੇ ਰਹੋ ਤੇ ਆਪਣਾ ਪੰਜਾਬੀ ਦਾ ਆਨੰਦ ਮਾਣਦੇ ਰਹੋ ਠੀਕ ਹੈ ਜੀ ਸਾਰੇ ਖੁਸ਼ ਰਹੋ ਮੈਂ ਫੇ ਖਤਮ ਕਰ ਦਿਆ ਵਾਏ ਗੁਰਜੀ ਕਾ ਖਾਲਸਾ ਵਾਏ ਗੁਰਜੀ ਕੀ ਫਤਿਹ